ਅਸਲਾਮ ਅਲੈਕੁਮ ਮੇਰੇ ਸਭ ਵੀਰਾਂ ਸੱਜਣਾ ਦੋਸਤਾਂ ਨੂੰ, ਅਤੇ ਅੱਜ ਦਾ ਇਹ ਦਿਨ ਮਾਸ਼ਾਅੱਲਾ ਵੈਸੇ ਹੀ ਬਹੁਤ ਪਿਆਰਾ ਖੂਬਸੂਰਤ ਹੈ ਅਤੇ ਗਰਮੀ ਵੀ ਆ, ਇਹ ਬਾਹਰ ਮਤਲਬ ਕਣਕਾਂ ਦੀ ਕਟਾਈ ਵੀ ਜਾ ਰਹੀ ਆ, ਅਤੇ ਇਹਦੇ ਦੌਰਾਨ ਹੀ ਮੈਂ ਆਪਣਾ ਜਿਹੜਾ ਕੰਮ ਜਿਹੜਾ ਸਟੰਟ ਪ੍ਰੋਗਰਾਮ ਹੈਗਾ ਉਹ ਕਰਦਾ ਹੀ ਰਹਿਣਾ ਹੁੰਦਾ। ਅੱਛਾ, ਮੈਂ ਦੱਸਣਾ ਚਾਹੁੰਦਾ ਕਿ ਮੇਰਾ ਕੁਛ ਇੱਕ ਹਫ਼ਤੇ ਵਾਸਤੇ ਟਿਕਟੋਕ ਅਕਾਊਂਟ ਬਲੌਕ ਹੋਇਆ, ਪੋਸਟਿੰਗ ਬਲੌਕ ਹੋਈ ਸੀ, ਉਹ ਅੱਜ ਅਲਹਮਦੁਲਿਲਾ ਅੱਜ ਪੋਸਟਿੰਗ ਖੁੱਲ੍ਹ ਜਾਊਗੀ। ਅਤੇ ਅੱਛਾ, ਅੱਜ ਦਾ ਸਟੰਟ ਕਰਨ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਅੱਜ ਦਾ ਸਟੰਟ ਇਸ ਤਰ੍ਹਾਂ ਦਾ ਹੈ ਕਿ ਦੋ ਬਾਈਕਾਂ ਗਰਦਨ ਰੋਕਣਾ, ਰੱਸੇ 'ਚ ਪਾ ਅਤੇ ਗਲ ਵਿੱਚ ਰੋਕਣਾ ਹੁੰਦਾ, ਅਤੇ ਉਹਦੇ ਬਾਰੇ ਥੋੜ੍ਹੀ ਤੁਸੀਂ ਦੱਸਣਾ ਚਾਹੁੰਦਾ ਮੈਂ ਦੋਸਤਾਂ ਨੂੰ ਕਿ ਯਾਰ ਜਿਹੜੇ ਵੀ ਮੈਂ ਸਟੰਟ ਕਰਨਾ, ਇਹ ਪਹਿਲਾਂ ਤਾਂ ਮੇਰੀ ਆਲਰੇਡੀ ਟ੍ਰੇਨਿੰਗ ਹੁੰਦੀ ਹੈ, ਬਹੁਤ ਜ਼ਿਆਦਾ ਟ੍ਰੇਨਿੰਗ ਕਰਨਾ ਮੈਂ, ਜੋ ਵੀ ਕੋਈ ਸਟੰਟ ਕਰਦਾ ਉਹਦੀ ਕਾਫੀ ਜ਼ਿਆਦਾ ਟ੍ਰੇਨਿੰਗ ਕਰਨਾ। ਉਹ ਤੋਂ ਬਾਅਦ ਤੁਸੀਂ ਜਿਸੇ ਕਿਹੜੇ ਬਾਈ ਵੀ ਮਤਲਬ ਸਟੰਟ ਇਸ ਤਰ੍ਹਾਂ ਕਰਨਾ ਚਾਹੁੰਦਾ ਹੋਵੇ, ਬਿਲਕੁਲ ਉਹ ਪਹਿਲਾਂ ਆਲਰੇਡੀ ਇਸ ਬਾਰੇ ਰੈਡੀ ਹੋਵੇ ਕਿ ਮੈਂ ਇਹ ਕਰ ਲਵਾਂ, ਇਹ ਵਾਲੀਆਂ ਚੀਜ਼ਾਂ ਇੰਤਹਾਈ ਬਿਲਕੁਲ ਨਾਜ਼ੁਕ ਹੁੰਦੀ ਹੈ, ਜ਼ਰਾ ਵੀ ਛੋਟਾ ਜਿਹਾ ਮਸਲਾ ਬਣਦਾ ਬਹੁਤ ਵੱਡਾ ਸਬੱਬ ਬਣ ਸਕਦਾ ਹੈ, ਅਤੇ ਅਹਿਤਿਆਤ ਕਰਨੀ ਕਿ ਇਸ ਤਰ੍ਹਾਂ ਦਾ ਸਟੰਟ ਇਹ ਬਿਨਾਂ ਟ੍ਰੇਨਿੰਗ ਤੋਂ ਬਿਨਾਂ ਇਹ ਚੀਜ਼ ਜਿੰਨਾ ਚਿਰ ਆਪਣੇ ਆਪ ਨੂੰ ਤੁਸੀਂ ਮਜ਼ਬੂਤ ਨਾ ਕਰ ਲਓ, ਇਹ ਪੁਖਤਾ ਨਾ ਹੋ ਜਾਵੇ, ਪਤਾ ਚੱਲੇ ਤੁਸੀਂ ਇਹਨਾਂ ਤੋਂ ਆਪਣੀ ਸਾਹ ਰੋਕ ਸਕਦੇ ਹੋ, ਇਹ ਚੀਜ਼ ਦਵਾਈਆਂ ਵੀ ਜਾਵਾਂ ਤਾਂ ਫਿਰ ਵੀ ਤੁਸੀਂ ਆਪਣੇ ਆਪ ਨੂੰ ਮੇਨਟੇਨ ਰੱਖ ਸਕਦੇ ਹੋ, ਇਹ ਕੋਈ ਮੈਂ ਕੋਈ ਮਸਲਾ ਨਾ ਹੋਵੇ, ਅਤੇ ਬਿਹਤਰ ਇਹ ਇਹਦਾ ਹੈਵੀ ਸਟੰਟ ਕਰਨ ਦੀ ਜ਼ਰੂਰਤ ਕੋਈ ਨਹੀਂ। ਅੱਛਾ, ਮੇਰੇ ਕੋਈ ਦੋਸਤਾਂ ਨੇ ਕਮੈਂਟਾਂ 'ਚ ਕਿਹਾ ਸੀ ਯਾਰ ਤੁਸੀਂ ਮਿਰਜ਼ਾ ਬਾਈ ਤੁਸੀਂ ਥੋੜ੍ਹੀ ਜਿਹਾ ਐਕਟਿਵ ਮਤਲਬ ਸ਼ਰਟਾਂ ਵਗੈਰਾ ਟੋਦ ਵਗੈਰਾ ਚੇਂਜ ਕਰਕੇ ਮਤਲਬ ਹੈ ਵੀਰਾ, ਇਹ ਇੱਜ਼ਤ ਇਹਦੇ ਨਾਲ ਨਹੀਂ ਹੁੰਦੀ, ਇੱਜ਼ਤ ਹੁੰਦੀ ਹੈ ਇਹ ਦਿਲ ਨਾਲ, ਅਤੇ ਤੁਹਾਡੇ ਦੋਵਾਂ ਦਾ ਪਿਆਰ ਮੁਹੱਬਤ ਆ ਜਿਹੜਾ, ਲੇਕਿਨ ਮੈਂ ਕਪੜੇ ਕੱਪੜਿਆਂ ਦੀ ਇਹ ਚੀਜ਼ ਦੀ ਦੇਖੀ ਹੈ, ਕੱਪੜਿਆਂ ਵਿੱਚ ਨਹੀਂ ਹੁੰਦੀ ਇੱਜ਼ਤ, ਮੈਂ ਪਾਟੇ ਪੁਰਾਣੇ ਜਿਹੜੇ ਹੋਮਨ ਕੱਪੜੇ ਮੈਂ ਉਹ ਪਾ ਕੇ ਸਾਹਮਣੇ ਆ ਜਾਂਦਾ, ਅਤੇ ਮੈਂ ਕੋਈ ਨਾਨੀਆਂ ਦਾ ਕੋਈ ਐਡਾ ਫਿਲਮੀ ਸਟਾਰ ਜਾਂ ਐਕਟਰ ਹੈ ਨਹੀਂ ਆ, ਸਾਦਗੀ ਬਹੁਤ ਅੱਛੀ ਚੀਜ਼ ਆ, ਮੈਂ ਤਾਂ ਵੈਸੇ ਆਪਣੇ ਆਪ ਨੂੰ ਸਾਦਾ ਰਹਿਣਾ ਪਸੰਦ ਕਰਨਾ, ਜਿੱਦਾਂ ਹੈਗਾ ਉਦਾਂ ਹੀ ਆਉਣਾ, ਜਿੱਦਾਂ ਜਿਹੜਾ ਕੁਝ ਪਾਇਆ ਉਹ ਸਾਹਮਣੇ ਆ ਜਾਣਾ, ਲੇਕਿਨ ਕੋਈ ਇਸ ਤਰ੍ਹਾਂ ਦਾ ਮੇਰੇ 'ਚ ਇਨਸ਼ਾਅੱਲਾ ਹੋਵੇ ਤਾਂ ਵੀ ਨਹੀਂ, ਅਤੇ ਨਾ ਜ਼ਿੰਦਗੀ 'ਚ ਨਹੀਂ ਹੋਵੇਗਾ। ਮੈਂ ਅੱਜ ਵੀ ਦੇਖ ਲਓ ਮੇਰਾ ਟਿਕਟੋਕ ਅਕਾਊਂਟ ਵਿੱਚ ਮੈਂ ਅੱਜ ਤੱਕ ਮੈਸੇਜ ਬਲੌਕ ਨਹੀਂ ਕੀਤੇ, ਕੋਈ 1 ਮਿਲੀਅਨ ਜਿਹੜੇ ਲੋਕਾਂ ਦੇ ਹੋ ਜਾਂਦੇ ਉਹ ਮੈਸੇਜ ਬਲੌਕ ਕਰਦੇ ਕਿ ਮੈਸੇਜ ਕੋਈ ਸਾਨੂੰ ਕਰੇ ਨਾ, ਮੇਰਾ ਅੱਜ ਮੈਸੇਜ ਵੀ ਉੱਦਾਂ ਖੁੱਲ੍ਹਾ, ਕੋਈ ਮੈਸੇਜ ਦੋਸਤ ਵੀ ਕਰਦੇ, ਮੈਂ ਮੈਸੇਜ ਜਵਾਬ ਵੀ ਦੇਣਾ, ਕੋਈ ਦੋਸਤ ਮੈਸੇਜ ਜ਼ਿਆਦਾ ਹੁੰਦੇ ਮੈਂ ਇਹ ਥੋੜ੍ਹਾ ਜਿਹਾ ਜਵਾਬ ਦੇ ਸਕਣਾ, ਲੇਕਿਨ ਮੈਂ ਜ਼ਰੂਰ ਦੇਣਾ ਹੁੰਦਾ। ਅੱਛਾ, ਮੇਰੇ ਬਾਈ ਸਟੰਟ ਜ਼ਰੂਰ ਦੇਖਣਾ, ਅਤੇ ਮੇਰੀ ਫੁੱਲ ਵੀਡੀਓ ਜ਼ਰੂਰ ਦੇਖਿਆ ਕਰੋ, ਉਹ ਮੇਰੀ ਸਪੀਚ ਵੀ ਸੁਣਿਆ ਕਰੋ ਯਾਰ, ਮੈਂ ਕੋਈ ਗਲਤ ਜਾਂ ਕੋਈ ਮਤਲਬ ਜਿੱਦਾਂ ਦੇਸੀ ਬੰਦਾ ਹੈਗਾ ਅਤੇ ਜ਼ਰੂਰ ਸੁਣਿਆ ਕਰੋ ਸਪੀਚ, ਅਤੇ ਵੀਡੀਓ ਕਦੇ ਇਹਨੂੰ ਤੁਸੀਂ ਖੁਦ ਨਹੀਂ ਕਰਨੀ, ਪ੍ਰੈਕਟਿਸ ਨਹੀਂ ਕਰਨੀ ਮੇਰੇ ਬਾਈ, ਬਹੁਤ ਹੈਵੀ ਸਟੰਟ, ਮੇਰੇ ਦੀ ਬਹੁਤ ਟ੍ਰੇਨਿੰਗ ਆ, ਮੈਂ ਬਹੁਤ ਕੁਛ ਇਹਦੇ ਬਾਰੇ ਮਤਲਬ ਕੀਤਾ ਬਾਰ ਬਾਰ, ਇਸ ਤਰ੍ਹਾਂ ਦੀ ਬੜੇ 1-2 ਦਫ਼ਾ ਮੈਂ ਦਿਮਾਗ ਚੱਕਰ ਵੀ ਆ ਗਿਆ ਸਰ ਪਹਿਲਾਂ ਜਦੋਂ ਨਵੀਂ ਨਵੀਂ ਟ੍ਰੇਨਿੰਗ ਕਰਦਾ ਸਾਂ, ਲੇਕਿਨ ਤੁਸੀਂ ਇਸ ਤਰ੍ਹਾਂ ਦੇ ਕਤਲ ਨਹੀਂ ਕਰਨਾ, ਕਿਉਂਕਿ ਇਹਦੇ 'ਚ ਬਹੁਤ ਹਾਰਡ ਵਰਕਿੰਗ ਚਾਹੀਦੀ ਹੈ, ਅਤੇ ਸਟੰਟ ਜ਼ਰੂਰ ਦੇਖਣਾ, ਉਰਦੂ ਪੁਆਇੰਟ ਦਾ ਸਾਹਮਣੇ ਕੀਤਾ ਮੈਂ, ਅਤੇ ਜਦੋਂ ਮੈਂ ਅੱਛਾ ਇੱਕ ਹੋਰ ਆ ਕਿ ਜਦੋਂ ਮੈਂ ਸਟੰਟ ਕੀਤੇ ਆ ਉਹ ਸਾਰੇ ਦੇਖਦੇ ਰਹਿ ਗਏ ਯਾਰ, ਮਤਲਬ ਉਰਦੂ ਪੁਆਇੰਟ ਵਾਲੇ ਉਹ ਮਤਲਬ ਮੇਰੇ ਦੋਸਤਾਂ ਨੂੰ ਮੇਰੇ ਉੱਥੇ ਲੋਕਾਂ ਨੂੰ ਕਹਿੰਦੇ ਕਿ ਯਾਰ ਅਨਬਲੀਵ, ਮੈਂ ਆਈ ਥਿੰਕ ਇਸ ਤਰ੍ਹਾਂ ਦਾ ਪੂਰੇ ਪਾਕਿਸਤਾਨ ਦੇਖਿਆ ਇਸ ਤਰ੍ਹਾਂ ਦਾ ਨਹੀਂ ਹੈਗਾ, ਲੇਕਿਨ ਮੈਂ ਕੀ ਵੀ ਤੁਹਾਨੂੰ ਕਹਿਣਾ ਹੁੰਦਾ, ਮੈਂ ਕੁਝ ਨਹੀਂ ਹੈ, ਮੇਰਾ ਕੁਝ ਨਹੀਂ, ਸਭ ਕੁਛ ਅੱਲਾਹ ਦੀ ਜ਼ਾਤ ਆ ਉਹ ਕਰਦੀ ਆ, ਮੈਂ ਉਹਨੂੰ ਦਿਲੋਂ ਪੁਕਾਰਨਾ ਮੇਰੇ ਭਾਈ, ਮੈਂ ਸਾਦਾ ਮਾੜਾ ਗਰੀਬ ਬੰਦਾ, ਅਤੇ ਉਹ ਅੱਲਾਹ ਤਾਲਾ ਇੱਥੇ ਸ਼ਾਹਰਾਹ ਦੇ ਕਰੀਬ ਆ ਯਾਰ, ਉਹਨੇ ਇੱਕ ਵਾਰੀ ਪੁਕਾਰੋ ਜ਼ਰੂਰ ਸੁਣਦਾ, 2 ਨਫਲ ਪੜ੍ਹ ਕੇ ਉਹਨੂੰ ਕੋਈ ਮੰਗੋ ਤਾਂ ਸਹੀ, ਕੀ ਕੁਝ ਨਹੀਂ ਦੇ ਦਿੰਦਾ, ਹਰ ਕੁਝ ਦੇ ਦਿੰਦਾ। ਮੈਂ ਕਿ ਗਾਉਂ ਦਾ ਰਹਿਣ ਵਾਲਾ, ਮੰਡੀ ਅਹਿਮਦਾਬਾਦ ਮੇਰਾ ਗਾਉਂ, ਮੈਂ ਗਾਉਂ ਦਾ ਰਹਿਣ ਵਾਲਾ, ਮੇਰੇ ਗਾਉਂ 'ਚ ਐਸਾ ਕੋਈ ਜਿਮ ਸ਼ਿਮ ਕੁਝ ਕੁਝ ਨਹੀਂ, ਲੇਕਿਨ ਸਿੱਧਾ ਸੀਮਿੰਟ ਦਾ ਸਮਾਨ ਆ, ਮੈਂ ਤੁਹਾਨੂੰ ਉਹ ਵੀ ਦਿਖਾਵਾਂ ਦਾ, ਅਤੇ ਇਹ ਅੱਲਾਹ ਤਾਲਾ ਦੀ ਮਰਜ਼ੀ ਹੈ, ਜਿਹਨੂੰ ਚਾਹੇ ਇੱਜ਼ਤ ਦੇਵੇ, ਜਿਹਨੂੰ ਚਾਹੇ ਨਾ ਦੇਵੇ, ਉਹ ਚਾਹੇ ਇਹ ਬਾਦਸ਼ਾਹਾਂ ਤੋਂ ਫਕੀਰ ਬਣਾ ਸਕਦਾ, ਫਕੀਰਾਂ ਤੋਂ ਬਾਦਸ਼ਾਹ ਬਣਾ ਸਕਦਾ, ਗੁਲਾਮਾਂ ਤੋਂ ਬਾਦਸ਼ਾਹ ਬਣਾ ਸਕਦਾ, ਔਰ ਬਾਦਸ਼ਾਹਾਂ ਤੋਂ ਗੁਲਾਮ ਬਣਾ ਸਕਦਾ, ਇਹ ਉਹਦੀ ਮਰਜ਼ੀ ਹੈ। ਅਤੇ ਯਾਦ ਰੱਖਣਾ ਮੇਰੇ ਬਾਈ, ਦੋਨੋਂ ਅਗਰ ਤੁਸੀਂ ਕੋਈ ਮੰਜ਼ਿਲ ਆਪਣੀ ਕਾਮਯਾਬੀ ਹਾਸਲ ਕਰਨਾ ਤਾਂ ਦੁਨੀਆ ਕੋਲ ਨਾ ਮੰਗੋ, ਦੁਨੀਆ ਤੁਹਾਨੂੰ ਕੁਝ ਨਹੀਂ ਦੇ ਸਕਦੀ, ਸਿਰਫ ਅੱਲਾਹ ਤਾਲਾ ਦੀ ਜ਼ਾਤ ਕੋਲ ਮੰਗਣਾ ਹੈ, ਉਹਦੇ ਕੋਲ ਲੈਣਾ ਹੈ, ਇਨਸ਼ਾਅੱਲਾ ਦੇਖੋ ਨਾ ਤੁਹਾਨੂੰ ਹਰ ਚੀਜ਼ ਜ਼ਰੂਰ ਮਿਲੇਗੀ। ਆਪਣਾ ਖਿਆਲ ਰੱਖਣਾ ਔਰ ਸਟੰਟ ਜ਼ਰੂਰ ਦੇਖਣਾ, ਫੁੱਲ ਦੇਖਣਾ, ਮੇਰੀ ਫੁੱਲ ਹਰ ਵੀਡੀਓ ਜ਼ਰੂਰ ਦੇਖਿਆ ਕਰੋ, ਸ਼ੇਅਰ ਵੀ ਕੀਤਾ ਕਰੋ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਬਾਈ। ਪੂਰੀ ਦੁਨੀਆ ਕੇ ਅੰਦਰ ਕਿਸ ਸ਼ਖਸ ਨੇ ਨਹੀਂ ਕੀਆ, ਉਸਕੇ ਬਾਅਦ ਕਰਤੇ ਹੈ, ਮੇਰੇ ਕੋ ਬਤਾਏਗਾ ਆਪ ਪਹਿਲੇ ਨਹੀਂ ਕਿਸੀ ਵਰਲਡ ਮੇਂ ਕਿਸੀ ਨੇ ਕਿਹਾ, ਜੇ ਮੈਨੇ ਕਿਹਾ ਕਰ ਤੂੰ ਚਾਹ ਦਫਾ ਅੰਗਰੇਜ਼ੋਂ ਵੀ ਗੱਲ ਕੀ, ਸਿੱਖੋਂ ਵੀ ਗੱਲ ਕੀ, ਜੇ ਕੈਸੇ ਗਲਤ ਦੱਸਦੇ ਕਿਆ ਨਹੀਂ, ਆਪ ਖੁਦ ਦੇਖ ਰਹੇ ਕਿ ਇਹ ਹਮਾਰੇ ਆਪਣੇ ਨਹੀਂ ਹੈ, ਇਹ ਆਮ ਜੋ ਗੁਜ਼ਰ ਹੈ ਉਨਕੇ ਮੋਟਰਸਾਈਕਲ ਹੈ। ਨਾਜ਼ਰੀਨ ਇਹ ਦੇਖੇ ਕਿ ਦੋ ਬਾਈਕ ਦੋਨੋਂ ਸਾਈਡ ਸੇ ਇਹ ਲੋਕ ਬੈਠੇ ਗਏ, ਔਰ ਇਹ ਨਾ ਛੋੜ ਦੋ ਗਰਦਨ ਕੇ ਅੰਦਰ ਯੇ ਰੱਖੇ ਡਾਲਦਾਰ, ਇਨ ਦੋਨੋਂ ਬਾਈਕੋਂ ਕੋ ਰੋਕੇਗਾ, ਤੋ ਇਹ ਕਿਸ ਤਰ੍ਹਾਂ ਕਰਤੇ ਹੈ, ਔਰ ਇਹ ਦੁਨੀਆ ਕਾ ਪਹਿਲਾ ਔਰ ਮਨਫਰੇਡ ਸਟੈਂਡ ਹਮ ਆਪਕੋ ਯੇ ਦਿਖਾਨੇ ਜਾ ਰਹੇ ਹੈਂ।
ਵਿਵੇਕ ਵਿਵੇਕ ਥੋੜਾ ਪਿੱਛੇ ਹੋ ਮੀ ਵਿਵੇਕ ਬਾਬੇ ਨੂੰ ਪਿੱਛਾ ਕਰੀ ਬਾਬੇ ਨੂੰ ਕਮਾਲ ਕਮਾਲ ਮਿਰਜ਼ਾ ਸ਼ੁਏਬ ਬੇਗ ਬਹੁਤ ਹੀ ਖਤਰਨਾਕ ਸਟੰਟ ਕਰ ਰਹੇ ਹੈ ਬਹੁਤ ਹੀ ਅੱਛਾ